ਕੋਈ ਆਰਟਿਸਟ ਹੁਣ ਤੁਸੀਂ ਭਗਵਾਨ ਦੀ ਵੀ ਗੱਲ ਕੀਤੀ ਹੈ ਨਾ, ਸੀਨੀਅਰ ਦੇ ਹੈ 20-22 ਸਾਲ ਮੇਰੇ ਤੋਂ ਵੱਡੇ ਹਨ, ਅਤੇ ਘੱਟੋ ਘੱਟ ਮੈਂ ਤਾਂ ਹੁਣ ਨਵਾਂ ਆਇਆ, ਮੈਂ ਤਾਂ 1.5 ਸਾਲ ਹੋਇਆ ਹੈ, ਦੇਖੋ ਉਹਨਾਂ ਨੂੰ ਮੇਰੇ ਤੋਂ ਵੱਧ ਪਤਾ ਹੈ ਨਾ। ਸਿੱਧੂ ਮੂਸੇਵਾਲਾ ਨੇ ਹਾਲ ਹੀ ਦੇ ਵਿੱਚ ਸਾਨੂੰ ਇੰਟਰਵਿਊ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਉਹ ਮੇਰੇ ਤੋਂ 20-22 ਸਾਲ ਵੱਡੇ ਨੇ ਮਾਨ ਸਾਹਿਬ, ਔਰ ਬਹੁਤ ਤੁਹਾਡੀ ਰਿਸਪੈਕਟ ਕਰਦੇ ਨੇ, ਇਸ ਬਾਰੇ ਤੁਹਾਡੇ ਕੀ ਵਿਚਾਰ? ਸਾਰਿਆਂ ਨੂੰ ਪਿਆਰ ਕਰਦਾ, ਕੋਈ ਸਭ ਚੰਗੇ ਆ, ਮੇਰੇ ਤੋਂ ਤਾਂ ਸਾਰੇ ਚੰਗੇ ਆ। ਤੋ ਜਿਹੜਾ ਵੀ ਜਿਸ ਤਰੀਕੇ ਨਾਲ ਜਿਹਨੂੰ ਵੀ ਲੋਕ ਪਿਆਰ ਕਰਦੇ ਆ ਸਿੱਧੂ ਨੂੰ ਪਿਆਰ ਕਰਦਾ ਹੈ ਅਤੇ ਇਸ ਦੇ ਨਾਲ ਬਾਕੀ ਕਲਾਕਾਰਾਂ ਨੂੰ ਵੀ ਪਿਆਰ ਕਰਦਾ ਹੈ। ਕੋਈ ਆਰਟਿਸਟ ਹੁਣ ਤੁਸੀਂ ਭਗਵਾਨ ਦੀ ਵੀ ਗੱਲ ਕੀਤੀ ਹੈ ਨਾ, ਸੀਨੀਅਰ ਦੇ ਹੈ 20-22 ਸਾਲ ਮੇਰੇ ਤੋਂ ਵੱਡੇ ਹਨ, ਘੱਟੋ ਘੱਟ ਮੈਂ ਤਾਂ ਹੁਣ ਨਵਾਂ ਆਇਆ, ਮੈਂ ਤਾਂ 1.5 ਸਾਲ ਹੋਇਆ ਹੈ, ਦੇਖੋ ਉਹਨਾਂ ਨੂੰ ਮੇਰੇ ਤੋਂ ਵੱਧ ਪਤਾ ਹੈ ਨਾ। ਸਿੱਧੂ ਮੂਸੇਵਾਲਾ ਨੇ ਹਾਲ ਹੀ ਦੇ ਵਿੱਚ ਸਾਨੂੰ ਇੰਟਰਵਿਊ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਉਹ ਮੇਰੇ ਤੋਂ 20-22 ਸਾਲ ਵੱਡੇ ਨੇ ਮਾਨ ਸਾਹਿਬ, ਔਰ ਬਹੁਤ ਤੁਹਾਡੀ ਰਿਸਪੈਕਟ ਕਰਦੇ ਨੇ, ਇਸ ਬਾਰੇ ਤੁਹਾਡੇ ਕੀ ਵਿਚਾਰ? ਸਾਰਿਆਂ ਨੂੰ ਪਿਆਰ ਕਰਦਾ, ਕੋਈ ਸਭ ਚੰਗੇ ਆ, ਮੇਰੇ ਤੋਂ ਤਾਂ ਸਾਰੇ ਚੰਗੇ ਆ। ਤੋ ਜਿਹੜਾ ਵੀ ਜਿਸ ਤਰੀਕੇ ਨਾਲ ਜਿਹਨੂੰ ਵੀ ਲੋਕ ਪਿਆਰ ਕਰਦੇ ਆ ਤਾਂ ਅੱਛੀ ਗੱਲ। ਤੇ ਦੋਸਤੋ, ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਇਹੀ ਮਕਸਦ ਸੀ ਕਿ ਐਵੇਂ ਚੈਨਲ ਦੀ ਝੂਠੀ ਖਬਰਾਂ ਤੇ ਯਕੀਨ ਨਾ ਕਰੋ, ਉਹ ਤਾਂ ਸਿਰਫ 2 ਪੈਸੇ ਲਈ ਇਹਨਾਂ ਦੀ ਕਲਿੱਪ ਜੋੜਦੇ ਹਨ, ਤੇ ਆਪ ਸਮਝਦਾਰੀ ਨਾਲ ਕੰਮ ਲਵੋ ਤੇ ਇਹ ਵੀਡੀਓ ਉਹਨਾਂ ਸਾਰੇ ਲੋਕਾਂ ਕੋਲ ਸ਼ੇਅਰ ਕਰ ਦਿਓ ਜੋ ਯੂਟਿਊਬ ਦੀਆਂ ਝੂਠੀਆਂ ਖਬਰਾਂ ਤੇ ਯਕੀਨ ਕਰਕੇ ਇੱਕ ਦੂਜੇ ਨਾਲ ਲੜ ਪੈਂਦੇ ਹਨ। ਤੇ ਦੋਸਤੋ, ਅੱਜ ਲਈ ਇੰਨਾ ਹੀ, ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਇੱਦਾਂ ਦੀ ਹੋਰਨਾਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।